ਪੰਜਾਬ ਵਿੱਚ ਨਸ਼ੇ ਦੇ ਖਾਤਮੇ ਦੇ ਵਾਅਦੇ ਕਰਕੇ ਕਾਂਗਰਸ ਸਰਕਾਰ ਨੇ ਸੂਬੇ ਦੀ ਸੱਤਾ ਸੰਭਾਲੀ ਸੀ, ਜਿਸ ਦੇ ਮੱਦੇਨਜ਼ਰ ਸਰਕਾਰ ਦੇ ਮੰਤਰੀ ਵੀ ਨਸ਼ਿਆਂ ਵਿਰੋਧੀ ਮੁਹਿੰਮ ਵਿੱਚ ਖੁੱਦ ਪਏ ਨੇ। ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਮਲੇਰਕੋਟਲਾ ਵਿੱਚ ਨਸ਼ਿਆਂ ਵਿਰੋਧੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਤੇ ਠੱਲ ਪਾਉਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਨੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਚੋਣ ਵਾਅਦੇ ਵੀ ਜ਼ਰੂਰ ਪੂਰੇ ਕਰੇਗੀ। ਹੁਣ ਮੈਂ ਇਹ ਭਾਵੇਂ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਆਪਣਾ ਫੰਕਸ਼ਨ ਹੈ, ਪਰ ਫਿਰ ਵੀ ਕਿਸਮਤ 'ਤੇ ਕਿਉਂ ਨਾ ਨਾਸ ਪਏ। ਅੱਜ ਮੇਰੇ ਕੋਲ ਆਪਣੀ ਖੂਬੀ ਕਿਸਮਤ 'ਤੇ ਇਸ ਲਈ ਨਾਸ ਆਏ। साहब ने वादा किया था कि हम नशे खत्म करेंगे, वो आज शुरुआत हो चुकी है। पहले से ही शुरू हुआ हुआ ये मसला, पर आज सभी ने पार्टिसिपेट किया है, बच्चे भी आए हैं और ये शुरुआत है कि हम लोग जड़ से इसको खत्म करें। फी हद तक जो नशे बेचते हैं उनको पकड़ा गया है और इंशाल्लाह ताला आगे भी ये मुहिम जारी रहेगी, जारी रहते हुए और जो नशा बेचते हैं उनको पकड़ा जाए।